ਗੁਰਦਾਸਪੁਰ ਦੇ ਇੱਕ ਨਿੱਜੀ ਹਸਪੀਟਲ ਵਿੱਚ ਇਲਾਜ ਦੌਰਾਨ ਮਰੀਜ਼ ਦੀ ਹੋਈ ਮੌਤ। ਵਾਰਸਾਂ ਨੇ ਲਾਏ ਡਾਕਟਰ 'ਤੇ ਗੰਭੀਰ ਇਲਜ਼ਾਮ, ਪਰ ਦੂਜੇ ਪਾਸੇ ਡਾਕਟਰ ਨੇ ਇਲਜ਼ਾਮਾਂ ਨੂੰ ਨਕਾਰਿਆ। ਮਸਕਾ ਚਸਕਾ ਦੀ ਜਤਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਜਦੋਂ ਡਿੱਗੇ ਸੀਗੇ ਉਹਨਾਂ ਦੀ ਪਸਲੀਆਂ 'ਚ ਸੱਟ ਲੱਗ ਗਈ ਅਤੇ ਖੂਨ ਅੰਦਰ ਪੈ ਗਿਆ। ਇਹ ਕਹਿੰਦੇ ਕੋਈ ਨਹੀਂ ਆਪਾਂ ਇਲਾਜ ਕਰ ਦਾਂਗੇ। ਇਲਾਜ ਕਰਨ ਤੋਂ ਬਾਅਦ ਕਿੱਥੇ ਆਏ, ਕਿਹੜਾ ਹਸਪਤਾਲ ਆ, ਕੀ ਸਾਰੀ? ਇੱਥੇ ਸਿਮਰਨ ਹੋਸਪਿਟਲ ਆਏ ਸੀਗੇ, ਸਿਮਰਨ ਹੋਸਪਿਟਲ ਆਏ ਅਤੇ ਡਾਕਟਰ ਸਾਹਿਬ ਕਹਿੰਦੇ ਕੋਈ ਨਹੀਂ ਆਪਾਂ ਇਲਾਜ ਕਰ ਦਾਂਗੇ ਇਹਨਾਂ ਦਾ। ਇਲਾਜ ਕਰਨ ਤੋਂ ਬਾਅਦ ਇਹਨਾਂ ਨੇ 12 ਵਜੇ ਆਪਾਂ ਇੱਥੇ ਆਏ, ਬਾਅਦ ਦੇ ਵਿੱਚ ਇਹਨਾਂ ਨੇ 6 ਵਜੇ ਦੇ ਕਰੀਬ ਕਹਿੰਦੇ ਵੀ ਤੁਸੀਂ ਲੈ ਜਾਓ। ਜਦੋਂ ਉੱਥੇ ਲੈ ਗਏ ਸਾਹ ਔਖੇ ਔਖੇ ਲੈਣ ਲੱਗਾ, ਬਾਅਦ ਤੁੰਗ ਹਸਪਤਾਲ ਜਾ ਕੇ ਆਪਾਂ ਇਹਨਾਂ ਦਾ ਚੈੱਕ ਕਰਾਇਆ, ਮਰੀਜ਼ ਨੂੰ ਉੱਥੇ ਡੈੱਡ ਹੋ ਗਿਆ ਵਾ। ਹੁਣ ਜਦੋਂ ਆਪਾਂ ਹੋਸਪਿਟਲ ਆਏ ਹਾਂ, ਡਾਕਟਰ ਨੂੰ ਕਿਹਾ ਵੀ ਤੇਰੀ ਕੀ ਗਲਤੀ ਹੈ, ਕਹਿੰਦਾ ਮੈਂ ਤਾਂ ਆਪਣੀ ਮੈਜੋਰਟੀ ਸਾਧਨਾ ਸਾਰੀ ਸਾਰੇ ਸ਼ਹਿਰ ਦੇ ਡਾਕਟਰ ਇੱਥੇ ਸੱਦ ਲਏ ਨੇ, ਜਿੰਨੇ ਸ਼ਹਿਰ ਦੇ ਡਾਕਟਰ ਆ ਗੁਰਦਾਸਪੁਰ ਦੇ ਸਾਰੇ ਇੱਥੇ ਸੱਦ ਲਏ। ਉਸ ਤੋਂ ਬਾਅਦ ਸਦਰ SHO ਸਾਹਿਬ ਨੂੰ ਆਪਾਂ ਫੋਨ ਕੀਤਾ ਵੀ ਆਓ ਇੱਥੇ ਅਤੇ ਗੱਲ ਕਰੋ। ਹੁਣ SHO ਸਾਹਿਬ ਵੀ ਹੁਣ ਸਿੱਧੀ ਡਾਕਟਰਾਂ ਦੀ ਪੱਖ ਲੈਣ ਡਿਆ, ਸਾਡੀ ਕੋਈ ਗੱਲ ਨਹੀਂ ਸੁਣ ਡਿਆ। ਤੁਹਾਡੇ ਮਰੀਜ਼ ਦੀ ਮਤਲਬ ਕਿਹਦੀ ਨਿਗਾਹ ਲਗਾ ਕੇ ਮੌਤ ਹੋਈ ਆ? ਇਹ ਡਾਕਟਰ ਸਿਮਰਨ ਦੇ ਕਰਕੇ ਮੌਤ ਹੋਈ ਹੈ ਜੀ ਉਹਨਾਂ ਦੀ। ਤੁਸੀਂ ਹੁਣ ਕੀ ਚਾਹੁੰਦੇ ਜੀ? ਅਸੀਂ ਚਾਹੁੰਦੇ ਵੀ ਡਾਕਟਰ 'ਤੇ ਪਰਚਾ ਹੋਣਾ ਚਾਹੀਦਾ ਜੀ, ਜਿਹਦੀ ਗਲਤੀ ਆ ਸਾਡਾ ਮਰੀਜ਼ ਜਿਹੜਾ ਵਾ ਡੈਥ ਹੋ ਗਈ ਆ, ਜਾਂ ਤੁਹਾਡਾ ਮਰੀਜ਼ ਜਿਉਂਦਾ ਕਰਦੇ ਅਤੇ ਜਾਂ ਉਹ 'ਤੇ ਪਰਚਾ ਹੋਣਾ ਚਾਹੀਦਾ ਜੀ। ਜਿਹਦੀ ਗਲਤੀ ਆ ਉਹ 'ਤੇ ਪਰਚਾ ਹੋਣਾ ਚਾਹੀਦਾ। ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਚਾਹੀਦਾ, ਸਾਨੂੰ ਕੁਛ ਨਹੀਂ ਚਾਹੀਦਾ ਜੀ। ਠੀਕ ਹੈ ਜੀ, ਹੋਰ ਗੱਲ ਨਹੀਂ? ਜੀ, ਅਸੀਂ ਤਾਂ ਕਿਤੇ ਥੋੜ੍ਹੀ ਬਾਹਰ ਸੀਗਾ, ਇਹ ਮੇਰੇ ਰਿਐਲਟੀ ਮੇਰੇ ਰਿਸ਼ਤੇਦਾਰ ਨੇ, ਸਾਡੇ ਭੂਆ ਹੀ ਲੱਗਦੇ ਜਿਹਨਾਂ ਦੀ ਡੈਥ ਹੋਈ ਆ। ਇਹਨਾਂ ਮੈਨੂੰ ਫੋਨ ਕੀਤਾ ਕਿ ਇੱਦਾਂ ਗੱਲ ਹੋ ਗਈ ਆ ਕਿ ਆਪਾਂ ਇੱਥੇ ਹੋਸਪਿਟਲ ਆਏ ਹਾਂ, ਇਹ ਔਲਰੇਡੀ ਮਰੀਜ਼ ਇੱਥੇ ਡੈਥ ਹੋ ਚੁੱਕੀ ਸੀ, ਇਹ ਮੁੜ ਕੇ ਜਾ ਕੇ ਜੋ ਧਾਰੀਵਾਲ ਲੱਗ ਚੈੱਕ ਕੀਤਾ ਡੈਥ ਹੋ ਗਈ ਆ, ਹੁਣ ਇੱਥੇ ਆਏ ਹਾਂ, ਇਹ ਡਾਕਟਰ ਸਾਡੇ ਲਾਗੋਂ ਕੋਲ ਦੀ ਲੰਘੇ ਨੇ, ਇੱਥੋਂ ਵੀ ਡਾਕਟਰ ਲੇਡੀਜ਼ ਵੀ ਆਈਆਂ ਨੇ, ਉਹ ਕੀ ਕਹਿ ਰਹੇ ਨੇ ਵੀ ਕੋਈ ਗੱਲ ਨਹੀਂ, ਇਹ ਪਿੰਡਾਂ ਵਾਲੇ ਆ ਜਾਂਦੇ ਨੇ, ਇਹ ਪਿੰਡਾਂ ਵਾਲੇ ਮੂੰਹ ਚੁੱਕ ਕੇ ਆ ਜਾਂਦੇ ਨੇ, ਇੱਥੇ ਇਕੱਠੇ ਹੋ ਜਾਂਦੇ ਨੇ, ਕੀ ਗੱਲ ਪਿੰਡਾਂ ਵਾਲੇ ਅਸੀਂ ਬੇਵਕੂਫ ਹਾਂ? ਇੱਦਾਂ ਤਾਂ ਗੱਲ ਨਹੀਂ ਬਣਦੀ, ਪ੍ਰਸ਼ਾਸਨ ਤੋਂ ਮੰਗ ਕਰਦੇ, ਇੱਥੇ ਪੁਲਿਸ ਡਿਪਾਰਟਮੈਂਟ ਵੀ ਸਾਰਾ ਪਹੁੰਚਿਆ ਹੋਇਆ ਵਾ, ਔਰ ਸਾਨੂੰ ਕੀ ਕਹਿ ਰਹੇ ਨੇ ਡਾਕਟਰ ਨੂੰ ਅੰਦਰ ਆ ਕੇ ਰਾਜੀਨਾਮਾ ਕਰੋ, ਇਹ ਗੱਲ ਨਹੀਂ ਨਾ ਬਣਦੀ। ਕਿਹੜੇ ਡਾਕਟਰ ਪ੍ਰਸ਼ਨ ਕੀਤਾ ਸੀ ਭਾਅ ਜੀ ਨੇ? ਕਿਹੜੇ ਡਾਕਟਰ? ਡਾਕਟਰ ਇੱਥੇ ਸਿਮਰਨ, ਜਦੋਂ ਔਰ ਤੁਹਾਨੂੰ ਪਤਾ ਲੱਗਾ ਕਿ ਇਹਦੇ ਸੱਟ ਲੱਗੀ ਆ, ਕੋਠੇ ਤੋਂ ਡਿੱਗੇ ਨੇ, ਸੱਟ ਲੱਗੀ ਆ, ਸੱਟ ਲੱਗੀ ਉਹਦੇ ਮੁਤਾਬਕ ਜੇ ਤੁਹਾਡੇ ਨਹੀਂ ਕੋਈ ਤੁਹਾਡੇ ਕੋਲ ਇਲਾਜ ਹੈਗਾ ਤੁਸੀਂ ਉਹਦਾ ਰੈਫਰ ਕਰ ਦਿਓ। ਪੂਰਾ ਦਿਨ ਇੱਥੇ ਰੱਖ ਕੇ ਉਹਦੇ ਮੁਤਾਬਕ ਕਹਿ ਰਹੇ ਨੇ ਹੁਣ ਵੀ ਨਹੀਂ ਇਹ ਜੀ ਉਹ ਹੋ ਗਿਆ ਜੇ ਹੋ ਗਿਆ, ਗੱਲ ਨਹੀਂ ਨਾ ਬਣਦੀ। ਪਰ ਸਹੀ ਮੰਗ ਕਰਦੇ ਹਾਂ ਇਸ ਡਾਕਟਰ 'ਤੇ ਪਰਚਾ ਹੋਣਾ ਚਾਹੀਦਾ ਵਾ, ਜਿੱਥੋਂ ਤੱਕ ਸਾਡਾ ਜ਼ੋਰ ਪਏਗਾ ਅਸੀਂ ਪੂਰਾ ਸੰਘਰਸ਼ ਵੀ ਲੜਾਂਗੇ, ਜੇ ਨਾ ਡਾਕਟਰ 'ਤੇ ਪਰਚਾ ਹੋਇਆ ਆਪਾਂ ਧਰਨਾ ਵੀ ਲਾਵਾਂਗੇ ਰੋਡ 'ਤੇ, ਔਰ ਇਹ ਹੋਸਪਿਟਲ ਬੰਦ ਕਰਾ ਕੇ ਹਟਾਂਗੇ। ਹਾਂਜੀ, ਅੱਜ ਸਵੇਰੇ ਕੋਈ 11 ਵਜੇ ਨਾਲ ਸਾਡੇ ਕੋਲ ਮਾਤਾ ਜੀ ਆਏ ਸੀ, ਬਜ਼ੁਰਗ ਮਾਤਾ ਜੀ ਸੀਗੇ, ਜੋ ਕਿ ਕੋਠੇ ਤੋਂ ਡਿੱਗ ਕੇ ਫਿਰ ਕੰਧ ਉੱਤੇ ਪੈ ਗਏ ਸੀਗੇ, ਜਿਹਦੇ ਕਰਕੇ ਉਹਨਾਂ ਦੀ ਛਾਤੀ ਨੂੰ ਕਾਫੀ ਸੱਟ ਲੱਗ ਗਈ ਸੀਗੀ। ਸਾਡੇ ਕੋਲ ਆਏ, ਅਸੀਂ ਆਉਂਦਿਆਂ ਉਹਨਾਂ ਦਾ ਬਣਦਾ ਇਲਾਜ CT ਸਕੈਨ ਕੀਤਾ, ਸਾਰੇ ਟੈਸਟ ਕੀਤੇ, ਬਲੱਡ ਅੰਦਰ ਕਾਫੀ ਇਕੱਠਾ ਹੋਇਆ ਜੀ ਛਾਤੀ ਦੇ ਵਿੱਚ, ਉਹਦੇ ਵਾਸਤੇ ਚੈਸਟ ਟਿਊਬ ਪਾਈ ਗਈ ਹੈ, ਬਲੱਡ ਜ਼ਿਆਦਾ ਵਗਣ ਕਰਕੇ ਉਹਨਾਂ ਨੂੰ ਬਲੱਡ ਟ੍ਰਾਂਸਫਿਊਜ਼ ਕੀਤਾ ਗਿਆ, ਜੋ ਬਣਦਾ ਸੀਗਾ ਪੇਟ ਦੀ ਵੀ CT ਹੋਈ ਹੈ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀਗੀ। ਛਾਤੀ ਦੇ ਵਿੱਚ ਇਹਨਾਂ ਨੇ ਜ਼ਿਆਦਾ ਬਲੱਡ ਸੀਗਾ, ਉਹਦਾ ਜੋ ਬਣਦਾ ਇਲਾਜ ਨੂੰ ਆਕਸੀਜਨ ਵਗੈਰਾ ਦੇ ਰਹੇ ਸੀ, ਸਭ ਕੁਛ ਕਰ ਰਹੇ ਸੀ। ਇਲਾਜ ਦੇ ਦੌਰਾਨ ਅਚਨਚੇਤ ਮਾਤਾ ਜੀ ਦੀ ਡੈਥ ਹੋ ਗਈ ਹੈ, ਜਿਸ ਦੇ ਵਿੱਚ ਕਿ ਡਾਕਟਰਾਂ ਨੇ ਕੋਈ ਅਣਗਹਿਲੀ ਨਹੀਂ ਹੈਗੀ ਮੈਨੂੰ ਲੱਗਦਾ, ਔਰ ਸਾਨੂੰ ਵੀ ਕਾਫੀ ਬਹੁਤ ਅਫਸੋਸ ਹੈ ਵੀ ਸਾਡੇ ਇੰਨੇ ਜ਼ਿਆਦਾ ਸਾਡੀ ਜਿਹੜਾ ਕੋਸ਼ਿਸ਼ਾਂ ਦੇ ਬਾਵਜੂਦ ਮਾਤਾ ਜੀ ਨਹੀਂ ਸਰਵਾਈਵ ਕਰ ਪਏ, ਐਂਡ ਵੀ ਆਰ ਸੋਰੀ ਫਾਰ ਹਰ ਡੈਥ। ਸਰ, ਉਹਨਾਂ ਦਾ ਇਲਜ਼ਾਮ ਹੈ ਕਿ ਤੁਸੀਂ ਦੇਖੋ ਜੀ, ਇਹ ਤਾਂ ਬਿਲਕੁਲ ਨਹੀਂ ਬੇਬੁਨਿਆਦ ਇਲਜ਼ਾਮ ਹੈ, ਅਸੀਂ ਨੂੰ ਅਸੀਂ ਨਹੀਂ ਕਹਿ ਸਕਦੇ। ਕੋਈ ਡਾਕਟਰ ਜਾਣ ਬੁੱਝ ਕੇ ਤਾਂ ਕਰ ਨਹੀਂ ਸਕਦਾ ਕਿ ਡਾਕਟਰ ਆਪਣੇ ਮਰੀਜ਼ ਨਾਲ, ਕਦੀ ਵੀ ਨਹੀਂ, ਨਾ ਕਦੀ ਹੋਇਆ ਨਾ ਅੱਗੇ ਤੋਂ ਕਦੀ ਹੋਏਗਾ। ਉਹ ਜਿਹਨਾਂ ਦਾ ਜੀ ਚਲਿਆ ਜਾਂਦਾ ਉਹਨਾਂ ਨੂੰ ਗੁੱਸਾ ਤਾਂ ਜ਼ਰੂਰ ਆਉਂਦਾ, ਉਹਦੇ ਵਿੱਚ ਬੋਲ ਦਿੰਦੇ ਨੇ, ਮੈਂ ਇਸ ਬਾਰੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰ ਸਕਦਾ।